जोधपुर वाले रिच भी एडवांस बहुत ज्यादा राजा रिच है और राजा रिच है ओदा तख्त चांदी दा सी एदा सोने दा सोने दा फर्क पता है कहंदा ते भी सोना माल के हो मज ते दुआब के ने सोने गबरू पंजाब दे ओ कहंदे माल के हो मज यह जी एंट्री जसवंत सिंह थड़े वाल इहदी की हिस्टरी आ उत्थे लिखी होगी तुहानू पढ़ के दस्सांगे ते जोधपुर की पहली प्लेस जिहड़ी असीं विजिट करन लगे वह हैगा जी थड़ा उस तों बाद असीं करांगे जी फोर्ट मैरांगड़गढ़ फोर्ट सारण प्यार भाई सत श्रीकाल जी वेलकम बैक ताली नवी वीडियो दे विच ते वीडियो शुरू हो रही है जी जोधपुर तो पहला तुसीं देखिया होना ब्लॉग जैसलमेर का हुण जोधपुर जोधपुर तीन क चीज़ा है देखण तुहानू ओह दिखावांगे एक तो थड़ा सीगा जसवंत सिंह थड़ा आ जी फिर एक फोर्ट आ एक होर चीज़ है जी वह तुहानू दिखाउने आ ते जैसलमेर वधिया रहा जी जैसलमेर नालों जोधपुर बहुत डिफरेंट आ शहर वाइज उत्थे हैगी उत्थे कुछ तुहानू एडवांसमेंट नहीं मिलनी सारा कुछ पुराना कल्चर चल रहा है तो पिछे बड़ा सोहना वॉल वॉल देख रही होगी तुहानू ये इसने जान के उस साइड पॉइंट किया है हमको लग रहा है हम अभी तो सोच रहे थे कि ये हो सकता है वो बता रहा है हाँ मैं भी वही सोच रहा देख के आ सीगा जी फाउंडर जोधपुर का जी चलो उधर बांध दिया लो जी है कि फोर्ट की एंट्री तो सिक्योरिटी चेक हो गया तो आह है जी पहला गेट आ जी फोर्ट की पहली एंट्री मेन गाइड स्टूडेंट की टिकट हैगी 100 रुपये नॉर्मल टिकट हैगी 200 रुपये हाँ हाँ ठीक है चढ़ाई करते मुंडिया नहीं होगी बस संदर रंधावा कितों कितों रिकॉर्ड करा हर पासे व्यू सोना जी बैट्स Thank you.
ਜਦੋਂ ਆਉਂਦੇ ਹੋਣੇ ਆ ਉਹ ਕਿਹੜਾ ਸਾਰਾ ਏਰੀਆ ਇੱਥੇ ਬੰਦੇ ਹੀ ਬੰਦਾ ਖੜਾ ਹੁੰਦਾ ਹੁਣ ਉਹ ਚੜ ਕੇ ਆਉਂਦੇ ਹੋਣੇ ਉਹ ਤੁਹਾਨੂੰ ਪੱਥਰ ਦੇਖਦੇ ਹੋਣੇ ਉਹ ਹੈ ਜੀ ਸਟਰ ਨੂੰ ਥੱਲੇ ਫਸਟ ਆਫ ਆਲ ਇਹ ਨਹੀਂ ਹੈਗੀ ਮੇਰੇ ਸਾਹਮਣੇ ਇਹਦੇ ਪਿੱਛੇ ਵੀ ਇੱਕ ਕੰਧ ਆ ਉਹ ਦੇਖੋ ਇੱਕ ਕੰਧ ਜਾ ਰਹੀ ਆ ਉੱਧਰ ਉਹ ਦਿਸੀ ਨਹੀਂ ਨਹੀਂ ਉਹ ਲਾਸਟ ਵਾਲ ਆ ਨਹੀਂ ਨਹੀਂ ਉਹਦੇ ਪਿੱਛੇ ਵੀ ਇੱਕ ਕੰਧ ਘੁੰਮਦੀ ਆ ਦੇਖੋ ਉਹ ਦੇਖੋ ਬਾਰ ਬਾਰ ਨਾਲ ਦੀ ਨਾਲ ਧਿਆਨ ਨਾਲ ਵੇਖੋ ਤੇ ਸਾਰਾ ਜੋਧਪੁਰ ਦਾ ਵਿਊ ਆਉਂਦਾ ਜੀ ਤੇ ਉਹ ਜਿਹੜਾ ਤੁਹਾਨੂੰ ਦਿਖਦਾ ਹੋਣਾ ਉਹ ਹੈਗਾ ਜੀ ਉਮੀਦ ਭਵਨ ਉਹ ਜਿਹੜਾ ਹੁਣ ਦਾ ਰਾਜਾ ਉਹ ਉੱਥੇ ਰਹਿੰਦਾ ਹੁਣ ਦਾ ਰਾਜਾ ਜੀ ਉੱਥੇ ਰਹਿੰਦਾ ਜੀ ਇਹ ਜੀ ਮੇਨ ਗੇਟ ਜਿਹੜੇ ਐਂਟਰੈਂਸ 'ਤੇ ਨਾ ਹੱਥ ਲੱਗੇ ਹੋਏ ਆ ਜਿੰਨੇ ਰਾਜੇ ਇੱਥੇ ਵਿਆਹ ਕੇ ਲਿਆਉਂਦੇ ਸੀ ਰਾਣੀਆਂ ਨੂੰ ਆ ਉਹਨਾਂ ਦੇ ਹੱਥ ਲੱਗਿਆ ਜੀ ਇਹ ਐਂਟਰੈਂਸ ਆ ਗੇਟ ਦੀ ਤਾਂ ਉਹ ਪਹਿਲਾਂ ਬੜੇ ਸੀਗੇ ਉੱਧਰ ਵੀ ਲੱਗੇ ਆ ਜੀ ਪੰਜ ये मीठा होता है और खट्टा होता है नहीं मीठा होता है अच्छा इसको खाते कैसे हैं तोड़ के अच्छा ये खाने के लिए खाना गाइस ट्राई कर लेने कितने लिए कब आए 30 रुपए किलो 30 रुपए किलो दे दो किलो आइए भी डालो किलो में ਨਾ ਯਾਰ ਮੈਂ ਗੱਡੀ ਚਲਾਉਂਦਾ ਗੈਂਗਸਟਰ ਗੈਂਗਸਟਰ ਮੁੰਡਾ ਨੀ ਮੁੰਡਾ ਗੈਂਗਸਟਰ 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 ਮੈਂ ਦੱਸਾਂ ਮੈਂ ਬਰੋ 140 ਦੇ ਕੌਣ ਵੀ ਆ ਮੈਂ ਐਂ ਜੰਪ ਲਵਾ ਲਿਆ ਬਰੋ ਸੀਟ ਹੈ ਇਸਮੇ ਹਾਂ ਗੋਟ ਸੀਟ ਸੀਸੇ ਥੱਲੇ ਕਰ ਲਓ ਫੜ ਫੜ ਬਾਹਰ ਨੂੰ ਜਾਣੇ ਆ ਅਸੀਂ ਪਹੁੰਚ ਗਏ ਜੀ ਉਦੈਪੁਰ ਉਦੈਪੁਰ 'ਚ ਮੁੰਡਿਆਂ ਦੀ ਐਂਟਰੀ ਹੋ ਗਈ ਆ ਸਵੇਰੇ ਸੀਗੇ ਅਸੀਂ ਜੋਧਪੁਰ ਰਾਤ ਨੂੰ ਡਰਾਈਵ ਕਰਕੇ ਅਸੀਂ ਉਦੈਪੁਰ ਤੈਨੂੰ ਪਤਾ ਤਾਂ ਹੈ ਤੇ ਹੁਣ ਚਾਹ ਪੀਣ ਲੱਗੇ ਹਾਂ ਲੇਕ ਫਰੰਟ ਕੋਲ ਚਾਹ ਫੜ ਕੇ ਇੱਥੇ ਹੁਣ ਉਦੈਪੁਰ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਅਤੇ ਜੋਧਪੁਰ ਦੀ ਸਮਾਪਤੀ ਆਹ ਵਲੌਗ 'ਚ ਅਤੇ ਆਹ ਸਾਰੇ ਦੱਸਣਗੇ ਵੀ ਜੈਸਲਮੇਰ ਵਧੀਆ ਲੱਗਾ ਕਿ ਜੋਧਪੁਰ ਦੋਨਾਂ ਵਿੱਚੋਂ ਇੱਕ ਕਿਉਂਕਿ ਉਦੈਪੁਰ ਤਾਂ ਅਸੀਂ ਘੁੰਮਣਾ ਸੀ ਅਗਲੇ ਦਿਨ ਅਤੇ ਇੱਕ ਕਿਹੜਾ ਜੋਧਪੁਰ ਕਿ ਜੈਸਲਮੇਰ ਦੇਖੋ ਜੀ ਜੈਸਲਮੇਰ ਜਿੱਦਾਂ ਅਸੀਂ ਘੁੰਮਿਆ ਉੱਥੇ ਟੂਰਿਜ਼ਮ ਲੋਕ ਘੱਟ ਜਾਂਦੇ ਨੇ ਬਟ ਉੱਥੇ ਦੇਖਣ ਨੂੰ ਤਿੰਨ ਕੁ ਜ਼ਿਆਦਾ ਵਧੀਆ ਸਪੋਟ ਨੇ ਇੱਕ ਕਿਲ੍ਹਾ ਆ ਜੀ ਇੱਕ ਹਵੇਲੀ ਆ ਉਹ ਹਵੇਲੀ ਨਹੀਂ ਮਿਸ ਕਰਨੀ ਉਹ ਬਹੁਤ ਵਧੀਆ ਜੀ ਤੇ ਸੈਂਡ ਡਿਊਨਸ ਨੇ ਜੀ ਉਹ ਡਿਫਰੈਂਟ ਹੈ ਪਟਵਾਲੀ ਕੀ ਪਟਵਾਲੀ ਪਟਵਾਨ ਪਟਲੋ ਕੀ ਪਟਲੋ ਵੀ ਹੋਵੇ ਉਹ ਵੈਰੀ ਬਹੁਤ ਗੁੱਡ ਵਧੀਆ ਹੈ ਉਹ ਠੀਕ ਹੈ ਤੇ ਜੋਧਪੁਰ ਮੋਰ ਲਾਈਕ ਜੀ ਐਡਵਾਂਸ ਸਿਟੀ ਹੈ ਮੇਰੇ ਹਿਸਾਬ ਨਾਲ ਹਾਂ ਜੈਸਲਮੇਰ ਤਾਂ ਆਪਾਂ ਨੂੰ ਸਾਰਾ ਕੁਝ ਹਾਂ ਜਿਹੜਾ ਟ੍ਰੈਡੀਸ਼ਨਲ ਪੁਰਾਣਾ ਸੈਂਚਰੀ ਤਾਂ ਲੱਗਦਾ ਵੀ ਹੋਰ ਹੀ ਕੋਈ ਸੈਂਚਰੀ ਹੋਰ ਹੀ ਕਿਸੇ ਟਾਈਮ 'ਚ ਚੜ ਗਿਆ ਜੈਪੁਰ ਜਿੱਦਾਂ ਆਪਣਾ ਰਾਜਪੁਰ ਟ੍ਰੈਡੀਸ਼ਨ ਉੱਥੇ ਜੈਸਲਮੇਰ ਜ਼ਿਆਦਾ ਸੀਗਾ ਹਾਂ ਜੈਸਲਮੇਰ ਰਾਜਪੁਰ ਟ੍ਰੈਡੀਸ਼ਨ ਜ਼ਿਆਦਾ ਜੋਧਪੁਰ ਵਾਲੇ ਥੋੜੇ ਰਿਚ ਵੀ ਆ ਜੈਸਲਮੇਰ ਜੋਧਪੁਰ ਵਾਲੇ ਰਿਚ ਵੀ ਐਡਵਾਂਸ ਬਹੁਤ ਜ਼ਿਆਦਾ ਰਾਜਾ ਰਿਚ ਆ ਉਹ ਰਾਜਾ ਰਿਚ ਆ ਉਹਦਾ ਤਖਤ ਚਾਂਦੀ ਦਾ ਸੀ ਇਹਦਾ ਸੋਨੇ ਦਾ ਸੋਨੇ ਦਾ ਕਹਿੰਦਾ ਤੇ ਵੀ ਸੋਨਾ ਤੇ ਹੁਣ ਤੁਹਾਨੂੰ ਮਿਲਦੇ ਆ ਅਸੀਂ ਅਗਲੇ ਵਾਲੇ ਵਲੌਗ 'ਚ ਉਦੈਪੁਰ ਦੇ ਉਦੈਪੁਰ ਤੁਹਾਨੂੰ ਦਰਸ਼ਨ ਦੇਵਾਂਗੇ ਤੇ ਓਕੇ ਫਿਰ ਬਾਏ ਬਾਏ ਜੀ ਬਾਏ ਬਾਏ ਜੀ ਸੀ ਯੂ ਸੀ ਯੂ